किसान संगठनों ने देशव्यापी बंद का आह्वान किया था, जिसके कारण आज श्री मुक्तसर साहिब को पूरी तरह से बंद कर दिया गया। किसानों ने शहर में विभिन्न राष्ट्रीय राजमार्गों पर धरना दिया, जिसके परिणाम स्वरूप यातायात पूरी तरह से बंद रहा और किसानों द्वारा आपातकालीन सेवाओं को अनुमति दी गई। किसान संगठनों द्वारा भारत बंद के आह्वान का शहर के लोगों ने अपनी दुकानों और अन्य गतिविधियों को बंद कर भारत बंद के आह्वान का पूरा समर्थन किया। प्रदर्शनकारियों में बुजुर्गों से लेकर बच्चों तक शामिल थे। किसानों के धरने को कई संगठनों और कार्यकर्ताओं का पूरा समर्थन मिला और प्रदर्शन कर रहे किसानों ने केंद्र सरकार के खिलाफ नारेबाजी की और केंद्र सरकार से 3 कृषि बिल को वापस लेने की मांग की। और किसानों ने कहा कि हमारा संघर्ष तब तक जारी रहेगा जब तक कृषि बिल वापस नहीं हो जाते। यह धरना सुबह से शुरू हो गया था, जिसको शाम 4 बजे हटाया गया। ਜਨਰਲ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਜਿਹੜਾ ਭਾਰਤ ਬੰਦ ਦੇ ਸੱਦੇ ਦੀ ਕਾਲ ਦਿੱਤੀ ਗਈ ਸੀਗੀ, ਕਿੰਨਾ ਕੁ ਸਮਰਥਨ ਮਿਲ ਰਿਹਾ ਲੋਕਾਂ ਨੂੰ ਪੰਜਾਬ ਵਿੱਚ ਕੀ? ਹਾਂਜੀ, ਜੋ ਅੱਜ ਦਾ ਬੰਦ ਦਾ ਸਮਰਥਨ ਹੈ ਸਾਨੂੰ ਸਾਰੇ ਵਰਗਾਂ ਵੱਲੋਂ, ਚਾਹੇ ਰੇਹੜੀਆਂ ਵਾਲੇ ਹੈ, ਚਾਹੇ ਮਜ਼ਦੂਰ ਹੈ, ਚਾਹੇ ਸਾਡੇ ਦੁਕਾਨਦਾਰ ਹੈ, ਚਾਹੇ ਸਾਡੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਸਾਰਿਆਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ। ਆਹ ਇਕੱਠ ਨੂੰ ਦੇਖ ਕੇ ਤੁਸੀਂ ਆਪ ਦੇਖ ਲਓ, ਹਜੇ ਹੋਰ ਲੋਕ ਬਹੁਤ ਆ ਰਹੇ ਹੈ। ਬਹੁਤ ਵੱਡਾ ਸਾਥ ਦਿੱਤਾ। ਜੋ ਸਾਨੂੰ ਪੁੱਛਦੇ ਸੀ ਰਸਤੇ ਦੇ ਵਿੱਚ ਕੱਲ੍ਹ ਦੇ ਰੇਹੜੀਆਂ ਵਾਲੇ, ਸਬਜ਼ੀਆਂ ਵਾਲੇ, ਵੀ ਪ੍ਰਧਾਨ ਜੀ ਕੱਲ੍ਹ ਦਾ ਕੀ ਰਹੂਗਾ, ਉਹਨਾਂ ਨੂੰ ਜਦੋਂ ਅਸੀਂ ਸਾਰੀ ਗੱਲ ਦੱਸੀ, ਉਹ ਕਹਿੰਦੇ ਪ੍ਰਧਾਨ ਜੀ ਦੱਬ ਕੇ ਅਸੀਂ ਸਾਥ ਦਿਆਂਗੇ। ਅਸੀਂ ਮੰਡੀ ਵਿੱਚ ਜਾ ਕੇ ਵੇਖਿਆ, ਮੰਡੀ ਦੀਆਂ ਦੁਕਾਨਾਂ ਟੋਟਲ ਬੰਦ ਹੈ, ਕੋਈ ਉੱਥੇ ਰੇਹੜੀ ਨਹੀਂ, ਕੁਛ ਨਹੀਂ। ਜੇ ਕੋਈ ਉੱਕੇ ਦੁੱਕੇ ਬੈਠਾ, ਉਹਨੇ ਵੀ ਬੰਦ ਕਰਤੀ ਹੈ। ਸਾਨੂੰ ਬਹੁਤ ਵੱਡਾ ਸਮਰਥਨ ਮਿਲਦਾ ਜੀ। ਦੁਕਾਨਦਾਰਾਂ ਨੇ ਦੁਕਾਨਾਂ ਤਾਂ ਬੰਦ ਕੀਤੀਆਂ, ਪਰ ਧਰਨੇ ਵਿੱਚ ਸ਼ਾਮਿਲ ਨਹੀਂ ਹੋਏ? ਨਹੀਂ ਜੀ, ਕੁਛ ਲੋਕ ਹੋਏ ਆ, ਕੁਛ ਲੋਕਾਂ ਦੀ ਮਜਬੂਰੀ ਹੁੰਦੀ ਹੈ। ਜਿਸ ਬੰਦੇ ਨੇ ਰੋਜ਼ ਕਰਕੇ ਖਾਣੀ ਹੈ, 100 ਫਿਕਰ ਹੁੰਦੇ ਆ, ਉਹ ਵੀ ਆ ਜਾਣਗੇ ਥੋੜ੍ਹੀ ਟਾਈਮ ਤਾਂ ਹੀ, ਆਉਣਗੇ ਜ਼ਰੂਰ, ਇਹ ਸਾਡੀ ਗਰੰਟੀ ਹੈ। ਗੱਲ ਇਹ ਪੂਰਨ ਤੌਰ 'ਤੇ ਸਫਲ ਦਿਸਦੀ ਜੀ, ਸੁਬਾਹ ਤੋਂ ਲੈ ਕੇ ਤੁਸੀਂ ਵੀ, ਸਾਰੀ ਪ੍ਰੈਸ ਵੀ, ਮੰਡੀ, ਬੱਸ ਅੱਡਾ, ਬਾਜ਼ਾਰ ਪੂਰਨ ਤੌਰ 'ਤੇ ਬੰਦ ਹੈ। ਅਤੇ ਅੱਜ ਦੇ ਇਸ ਧਰਨੇ ਦੇ ਅੰਦੋਲਨ ਦੇ ਵਿੱਚ ਇਹੋ ਜਿਹੀ ਕੋਈ ਵੀ ਜਥੇਬੰਦੀ ਨਹੀਂ ਰਹਿ ਗਈ, ਭਾਵੇਂ ਉਹ ਮੁਲਾਜ਼ਮ ਵਰਗ ਨਾਲ ਜੁੜੀਏ, ਭਾਵੇਂ ਡੀ ਸੀ ਆਫਿਸ ਨਾਲ ਜੁੜੀਏ, ਸਾਰੇ ਦੀਆਂ ਸਾਰੀਆਂ ਆਈਆਂ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲੋਕ ਜਾਗ ਚੁੱਕੇ ਨੇ, ਸਰਕਾਰ ਤੋਂ ਮੰਗ ਮਨਾਉਣ ਲਈ ਸਾਰੇ ਜਿਹੜੇ ਵੀ ਜਿੰਨੇ ਵੀ ਇਨਸਾਨ ਨੇ, ਸਾਰਿਆਂ ਦੀ ਜ਼ਮੀਰ ਇਹ ਗੱਲ ਕਹਿ ਰਹੀ ਹੈ ਵੀ ਜਿਹੜਾ ਅਸੀਂ ਅੰਦੋਲਨ ਦੀ ਜਿੱਤ ਕਰਨੀ ਹੈ, ਇਸ ਕਰਕੇ ਵੱਧ ਤੋਂ ਵੱਧ ਸ਼ਾਮਿਲ ਹੋ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਅੱਜ ਜਿਹੜਾ ਹੈਗਾ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ, ਉਹਨਾਂ ਨੇ ਇੱਕ ਬੈਨਰ ਫੜ ਕੇ ਉੱਤੇ ਲੱਗਿਆ ਕਿਸਾਨ ਏਕਤਾ ਜਿੰਦਾਬਾਦ, ਉਹਨੂੰ ਕਿਵੇਂ ਦੇਖਦੇ ਹੋ? ਜਿਹੜਾ ਮੁੱਖ ਮੰਤਰੀ ਤੋਂ ਮੈਂ ਕਹੂੰਗਾ ਵੀ ਉਹਦਾ ਜਿਹੜਾ ਪਿਛਲੇ ਸਾਲ 5 ਸਾਲ ਹੋ ਗਏ ਸਾਡੇ ਨਾਲ ਕਮਿਟਮੈਂਟ ਕੀਤੀ, ਉਹਦੇ 'ਤੇ ਬਿਆਨਬਾਜ਼ੀ ਦੇ ਦੇਣ। ਅੱਜ ਵਾਲਾ ਸਮਰਥਨ ਜਿਹੜਾ ਦੇ ਕੇ ਲੋਕਾਂ ਨੂੰ ਇੱਕ ਵੋਟਾਂ ਤੋਂ ਪ੍ਰੇਰਿਤ ਕਰਨ ਦਾ ਸੱਦਾ ਹੈ, ਪਰ ਲੋਕ ਹੁਣ ਜਾਗ ਚੁੱਕੇ ਨੇ। ਜਿਵੇਂ ਬਾਹਰਲੇ ਦੇਸ਼ 'ਚ PM ਸਾਡਾ ਪ੍ਰਧਾਨ ਮੰਤਰੀ ਗਿਆ ਹੈ, ਉਸੇ ਤਰ੍ਹਾਂ ਹੀ ਜਿੱਥੇ ਜਾਂਦੇ ਇਹਨਾਂ ਦਾ ਵੀ ਵਿਰੋਧ ਹੁੰਦਾ ਹੈ। ਲੋਕ ਹੁਣ ਜਾਗ ਚੁੱਕੇ ਆ, ਹੁਣ ਪਿੰਡ ਪਿੰਡ ਘਰ ਘਰ ਤੋਂ ਸਵਾਲ ਉੱਠਦਾ। ਅੱਗੇ ਜਦੋਂ ਕੋਈ ਲਾਲ ਬੱਤੀ ਵਾਲੀ ਗੱਡੀ ਜਾਂਦੀ ਸੀ ਤਾਂ ਲੋਕ ਰਾਹ ਛੱਡ ਜਾਂਦੇ ਸੀ, ਅਤੇ ਹੁਣ ਲਾਲ ਬੱਤੀ ਵਾਲੀ ਗੱਡੀ ਨੂੰ ਵੇਖ ਕੇ ਲੋਕ ਅੱਗੇ ਖੜ ਜਾਂਦੇ ਆ ਵੀ ਅਸੀਂ ਇਹਨਾਂ ਤੋਂ ਆਪਦੇ ਸਵਾਲਾਂ ਦੇ ਜਵਾਬ ਪੁੱਛਣੇ ਆ, ਜਿਹੜੇ ਸਾਡੇ ਨਾਲ ਵਾਅਦੇ ਕਰਦੇ ਆ ਉਹ ਕਿੰਨੇ ਕਿੰਨਾ ਦੇ ਸੱਚੇ ਆ ਅਤੇ ਕਿੰਨੇ ਕਿੰਨਾ ਦੇ ਝੂਠੇ। ਏਸੀ ਕਮਰਿਆਂ 'ਚ ਬਹਿ ਕੇ ਅਰਵਿੰਦ ਕੇਜਰੀਵਾਲ ਹੋਣ, ਚਾਹੇ ਪ੍ਰੇਮ ਸਿੰਘ ਚੰਦੂਮਾਜਰਾ ਹੋਣ, ਬੈਠ ਕੇ ਕਹਿੰਦੇ ਆ ਵੀ ਜਿਹੜਾ ਸਮਰਥਨ ਕਰੋ ਇਹਨਾਂ ਦਾ, ਅੰਦਰ ਬੈਠੇ ਆਪ ਵੀ ਸਮਰਥਨ ਦੇ ਰਹੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਜਿਹੜਾ ਵੀ ਅੰਦਰ ਬਹਿ ਕੇ ਸਮਰਥਨ ਦੇ ਰਿਹਾ, ਉਹ ਕੋਈ ਸਮਰਥਨ ਨੂੰ ਸਮਰਥਨ ਨਹੀਂ, ਸਮਰਥਨ ਹੁੰਦਾ ਗਰਾਊਂਡ 'ਤੇ ਆਣ ਕੇ, ਵਿੱਚ ਆਣ ਕੇ, ਉਹ ਆਪਦੇ ਅਹੁਦੇ ਤਿਆਗ ਕੇ ਆਉਣ, ਫਿਰ ਕਿਸਾਨ ਬਣ ਕੇ ਆਉਣ, ਕਿਸਾਨ ਦੇ ਵਿੱਚ ਧਰਨੇ 'ਤੇ ਬੈਠ ਸਕਦੇ ਆ। ਜੇਕਰ ਇਕੱਲੀ ਉਹ ਬਿਆਨਬਾਜ਼ੀ ਕਰਦੇ ਆ, ਮੈਂ ਸਮਝਦਾ ਬਿਲਕੁਲ ਉਹ ਕਿਸਾਨ ਅੰਦੋਲਨ ਦੇ ਹੱਕ 'ਚ ਨਹੀਂ। ਅੰਦਰੋਂ ਬਹਿ ਕੇ ਨੀਤੀਆਂ ਕੁਝ ਹੋਰ ਕੱਢਦੇ ਆ ਅਤੇ ਲੋਕਾਂ ਨੂੰ ਕੁਝ ਚਿਹਰਾ ਹੋਰ ਬਣਨਾ ਚਾਹੁੰਦੇ ਆ, ਉਹਨਾਂ ਨੂੰ ਤਾਂ ਇਕੱਲਾ ਕੁਰਸੀ ਨਾ ਪਿਆਰੇ, ਨਾ ਕਿ ਕਿਸਾਨੀ ਨਾ ਪਿਆਰੇ। ਅੱਜ ਆਨਲਾਈਨ ਭਾਰਤ ਕੇ ਲਈ ਬੂਟਾ ਸਿੰਘ ਕੀ ਰਿਪੋਰਟ।